ਕੋਰੋਨਾ ਵਾਇਰਸ ਨਾਲੋਂ ਤੇਜ਼ੀ ਨਾਲ ਫੈਲ ਰਹੀਆਂ ਹਨ ਇਸ ਬਾਰੇ ਅਫਵਾਹਾਂ। ਕੋਈ ਪਾਲਤੂ ਜਾਨਵਰਾਂ ਤੋਂ ਦੂਰ ਰਹਿਣ ਦੀ ਸਲਾਹ ਦੇ ਰਿਹਾ ਹੈ ਤਾਂ ਕੋਈ ਚੌਮਿਨ ਖਾਣ ਤੋਂ ਰੋਕ ਰਿਹਾ। ਕੋਈ ਕਹਿੰਦਾ ਪਰਵਾਹ ਨਾ ਕਰੋ, ਬਸ ਲਸਣ ਦੀ ਗੰਢੀ ਖਾਓ ਤੇ ਵਾਇਰਸ ਤੁਹਾਡਾ ਕੁਝ ਵੀ ਨਹੀਂ ਵਿਗਾੜ ਸਕਦਾ। ਬੀਬੀਸੀ ਨੇ ਅਜਿਹੀਆਂ ਕੁਝ ਸਲਾਹਾਂ ਦੀ ਸੱਚਾਈ ਜਾਣੀ, ਤੁਸੀਂ ਵੀ ਜਾਣ ਲਓ। ਤੁਸੀਂ ਲੋਕਾਂ ਨੂੰ ਮਾਸਕ ਪਹਿਨੇ ਵੇਖਿਆ ਹੋਵੇਗਾ, ਹਾਲਾਂਕਿ ਇਹ ਮਾਸਕ ਕਿੰਨੇ ਕੁ ਕਾਰਗਰ ਹਨ ਇਸ ਦੇ ਬਹੁਤ ਘੱਟ ਵਿਗਿਆਨਿਕ ਸਬੂਤ ਹਨ। ਇਸ ਦਾ ਕਾਰਨ ਹੈ, ਪਹਿਲਾ ਇਹ ਕਿ ਮਾਸਕ ਢਿੱਲੇ ਹੁੰਦੇ ਹਨ, ਦੂਜਾ ਜ਼ਿਆਦਾਤਰ ਦੇਰ ਤੱਕ ਬੰਨ੍ਹ ਕੇ ਨਹੀਂ ਰੱਖੇ ਜਾ ਸਕਦੇ, ਤੀਜਾ ਅੱਖਾਂ ਨੂੰ ਨਹੀਂ ਢੱਕਦੇ। ਜੇ ਇਹਨਾਂ ਤੋਂ ਵਾਕਈ ਕੋਈ ਫਾਇਦਾ ਲੈਣਾ ਤਾਂ ਇਹਨਾਂ ਨੂੰ ਪਸੀਨੇ ਨਾਲ ਗਿੱਲੇ ਹੋਣ ਮਗਰੋਂ ਬਦਲਣਾ ਜ਼ਰੂਰੀ ਹੈ। ਇਸ ਮਾਮਲੇ ਵਿੱਚ ਵਿਸ਼ਵ ਸਿਹਤ ਸੰਗਠਨ ਦੀ ਸਲਾਹ ਤੁਹਾਡੇ ਲਈ ਜ਼ਿਆਦਾ ਕੰਮ ਆ ਸਕਦੀ ਹੈ। ਖੰਘਣ ਜਾਂ ਛਿੱਕ ਮਾਰਨ ਸਮੇਂ ਆਪਣਾ ਮੂੰਹ ਰੁਮਾਲ ਜਾਂ ਟਿਸ਼ੂ ਪੇਪਰ ਨਾਲ ਢੱਕ ਕੇ ਰੱਖੋ। ਇੱਕ ਵਾਰ ਵਰਤਣ ਤੋਂ ਬਾਅਦ ਟਿਸ਼ੂ ਪੇਪਰ ਨੂੰ ਕੂੜੇਦਾਨ ਵਿੱਚ ਸੁੱਟ ਦਿਓ। ਆਪਣੇ ਹੱਥ ਸਾਬਣ ਜਾਂ ਹੈਂਡ ਸੈਨੇਟਾਈਜ਼ਰ ਨਾਲ ਸਾਫ਼ ਕਰਦੇ ਰਹੋ। ਖੰਘਣ ਤੇ ਛਿੱਕਣ ਵਾਲਿਆਂ ਤੋਂ ਦੂਰੀ ਬਣਾ ਕੇ ਰੱਖੋ, ਘੱਟੋ ਘੱਟ 1 ਮੀਟਰ ਦੀ। ਕੁਝ ਅਜਿਹੀਆਂ ਵੀ ਸਲਾਹਾਂ ਦਿੱਤੀਆਂ ਜਾ ਰਹੀਆਂ ਹਨ ਜਿਨ੍ਹਾਂ ਬਾਰੇ ਤੁਹਾਨੂੰ ਧਿਆਨ ਦੇਣ ਦੀ ਲੋੜ ਨਹੀਂ, ਜਿਵੇਂ ਲਸਣ ਖਾਣਾ, ਗਰਾਰੇ ਕਰਨਾ, ਸਲਾਈ ਨਾਲ ਨੱਕ ਦੀ ਅੰਦਰੋਂ ਸਫਾਈ ਕਰਨਾ, ਨੱਕ ਦੇ ਥੱਲੇ ਤਿਲਾਂ ਦਾ ਤੇਲ ਲਗਾਉਣਾ। ਵਿਸ਼ਵ ਸਿਹਤ ਸੰਗਠਨ ਮੁਤਾਬਕ ਇਹ ਨਵੇਂ ਵਾਇਰਸ ਖਿਲਾਫ਼ ਕਿਸੇ ਵੀ ਤਰ੍ਹਾਂ ਕਾਰਗਰ ਨਹੀਂ ਹਨ। ਵਿਸ਼ਵ ਸਿਹਤ ਸੰਗਠਨ ਮੁਤਾਬਕ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਤੁਹਾਡੇ ਪਾਲਤੂ ਕੁੱਤੇ ਜਾਂ ਬਿੱਲੀ ਤੋਂ ਤੁਹਾਨੂੰ ਕੋਰੋਨਾ ਵਾਇਰਸ ਹੋ ਸਕਦਾ ਹੈ। ਬ੍ਰਿਟੇਨ ਦੇ ਮਾਹਰਾਂ ਦਾ ਕਹਿਣਾ ਹੈ ਕਿ ਹਾਂਗਕਾਂਗ ਵਿੱਚ ਕੁੱਤਿਆਂ ਦੇ ਵਾਇਰਸ ਤੋਂ ਪੀੜਤ ਹੋਣ ਦੀਆਂ ਖ਼ਬਰਾਂ ਤੋਂ ਕਿਸੇ ਨੂੰ ਘਬਰਾਉਣਾ ਨਹੀਂ ਚਾਹੀਦਾ। ਸਾਇੰਸਦਾਨਾਂ ਦਾ ਕਹਿਣਾ ਹੈ ਕਿ ਫਿਲਹਾਲ ਇਹ ਵਾਇਰਸ ਇਨਸਾਨਾਂ ਤੋਂ ਪਸ਼ੂਆਂ ਵਿੱਚ ਫੈਲ ਜਾਵੇਗਾ, ਇਸ ਦੀ ਸੰਭਾਵਨਾ ਬਹੁਤ ਘੱਟ ਹੈ। ਨਵੇਂ ਵਾਇਰਸ ਲਈ ਕੋਈ ਖਾਸ ਦਵਾਈ ਹਾਲੇ ਨਹੀਂ ਹੈ। ਮਰੀਜ਼ਾਂ ਦਾ ਫਲੂ ਵਾਲੀਆਂ ਦਵਾਈਆਂ ਨਾਲ ਹੀ ਇਲਾਜ ਕੀਤਾ ਜਾ ਰਿਹਾ ਹੈ। ਇਲਾਜ ਦੇ ਬਦਲ ਮੌਜੂਦ ਹਨ, ਪਰ ਬਹੁਤੇ ਲੋਕ ਆਪਣੇ ਆਪ ਹੀ ਠੀਕ ਹੋ ਜਾਂਦੇ ਹਨ। ਵੈਕਸੀਨ ਦੀ ਪਰਖ ਕੀਤੀ ਜਾ ਰਹੀ ਹੈ, ਪਰ ਹਾਲੇ 1.5 ਸਾਲ ਤੱਕ ਇਸ ਦੀ ਦਵਾਈ ਸ਼ਾਇਦ ਹੀ ਇਨਸਾਨਾਂ ਦੀ ਵਰਤੋਂ ਲਈ ਉਪਲਬਧ ਹੋ ਸਕੇ। ਹਾਲਾਂਕਿ ਇਹ ਕਿਸੇ ਨੂੰ ਵੀ ਹੋ ਸਕਦਾ ਹੈ, ਪਰ ਸੰਭਾਵਨਾ ਹਰੇਕ 5 ਵਿਅਕਤੀਆਂ ਪਿੱਛੇ 1 ਦੇ ਪੀੜਤ ਹੋਣ ਦੀ ਹੈ। ਫੇਸਬੁੱਕ 'ਤੇ ਬਹੁਤ ਸਾਰੀਆਂ ਪੋਸਟਾਂ ਵਿੱਚ ਕੋਰੋਨਾ ਵਾਇਰਸ ਤੋਂ ਬਚਣ ਲਈ ਲਸਣ ਖਾਣ ਦੀ ਸਲਾਹ ਦਿੱਤੀ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਲਸਣ ਸਿਹਤਮੰਦ ਚੀਜ਼ ਹੈ ਜਿਸ ਵਿੱਚ ਕੁਝ ਐਂਟੀ ਮਾਈਕਰੋਬੋਇਲ ਤੱਤ ਹੋ ਸਕਦੇ ਹਨ, ਪਰ ਇਹ ਕੋਰੋਨਾ ਵਾਇਰਸ ਖਿਲਾਫ਼ ਵੀ ਕਾਰਗਰ ਹੈ ਇਸ ਬਾਰੇ ਕੋਈ ਸਬੂਤ ਨਹੀਂ ਹੈ। ਜ਼ਿਆਦਾਤਰ ਇਸ ਤਰ੍ਹਾਂ ਦੇ ਘਰੇਲੂ ਨੁਸਖਿਆਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਜਦ ਤੱਕ ਕਿ ਇਹ ਤੁਹਾਡੇ ਇਲਾਜ ਵਿੱਚ ਰੁਕਾਵਟ ਨਾ ਬਣਨ। ਦੱਖਣੀ ਚੀਨ ਵਿੱਚ ਇੱਕ ਔਰਤ ਦੀ 1.5 ਕਿਲੋ ਲਸਣ ਖਾਣ ਨਾਲ ਜ਼ੁਬਾਨ ਸੁੱਜ ਗਈ। ਉਸਨੂੰ ਇਲਾਜ ਲਈ ਹਸਪਤਾਲ ਲਿਜਾਣਾ ਪਿਆ। ਅਸੀਂ ਜਾਣਦੇ ਹਾਂ ਕਿ ਖਾਣਾ ਪਕਾਉਣ ਅਤੇ ਪਾਣੀ ਉਬਾਲ ਕੇ ਪੀਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਹਾਲਾਂਕਿ ਇਸ ਗੱਲ ਦੇ ਕੋਈ ਸਬੂਤ ਨਹੀਂ ਹਨ ਕਿ ਕੋਈ ਖਾਸ ਖੁਰਾਕ ਤੁਹਾਨੂੰ ਇਸ ਵਾਇਰਸ ਤੋਂ ਬਚਾ ਸਕਦੀ ਹੈ।